ਝੰਡ ਕਹਿੰਦਾ ਨਾ ਟੈਕਸੀ ਚਲਾਈਏ ਆਪਾਂ ਨੱਡੀ ਬਹੁਤ ਸੱਟ ਹੋਈ ਝੰਡ ਦੇਖ ਤਾ ਲੈ ਹਿੜਕੇ ਜੇ ਤੇਰੇ ਨਾਲ ਕੋਈ ਦੇਸੇ ਨਾ ਟਿਕੇ ਅਗਲਾ ਲੈਫਟ ਲੈ ਲਈ ਹੈ ਨਾ ਮੈਨੂੰ ਲੱਗਦਾ ਆਪਣੀ ਫੁਕਣੀ ਨੇ ਛੇਤੀ ਫੂਕ ਲਾ ਬਾਬਾ ਆਉਣ ਵਾਲਾ ਨਾਲੇ ਆਪ ਖਾਏਗਾ ਨਾਲੇ ਸਾਨੂੰ ਖਵਾਏਗਾ ਯਾਰ ਯਾਰ ਕਿਉਂ ਬਾਬੇ ਆਉਣ ਲੱਗ ਮੇਰਾ ਵੀ ਸਵਾਲ ਖਰਾਬ ਕਰਦਾ ਵਾ ਤਾਂ ਉਹ ਖਰਾਬ ਕਰੂ ਜਦੋਂ ਆ ਗਿਆ ਪਿੰਡ ਬਾਪੂ ਹਰ ਵਕਤ ਖਾਣਾ ਖਾਣਾ ਉਹਦੇ ਤੁਸੀਂ ਬਾਬਾ ਬਾਬਾ ਲਈ ਰੱਖਦੇ ਯਾਰ ਛੇਤੀ ਮਕਾਲਾ ਆਪਣੀ ਗੋਰੀਆਂ ਫੋਟੋ ਲਾ ਕੇ ਉੱਤੇ ਤੋਂ ਪੈਸੇ ਬਣਾਉਣ ਵਾਲਾ ਤਰੀਕਾ ਇਹਦਾ ਜਾਂ ਦਫਾ ਜਾ ਮੇਰੇ ਕੋਲ ਯਾਰ ਮੈਨੂੰ ਸਮਝ ਆਉਂਦੇ ਸਾਲਾ ਹਿੜਕ ਜੀ ਇਹਨੇ ਗੋਰੀਆਂ ਚੱਕੀ ਜਾਂਦੀ ਆ ਵੱਡੇ ਨੂੰ ਸੁੰਘਦਾ ਜਿਹੜੀਆਂ ਪੁਣੇ ਨੇ ਗੈਰੀ ਬਾਈ ਨਾਲ ਚੱਪੀਆਂ ਆਹ ਗੱਲ ਤੇ ਬਾਕੀ ਅਗਲਾ ਵੀ ਜੱਸੇ ਤੋਂ ਜੋਸ਼ਨ ਹੋ ਗਿਆ ਮੈਂ ਤਾਂ ਜੱਸੇ ਤੋਂ ਜੋਸ਼ਨ ਹੋ ਗਿਆ ਉਧਰ ਦੇ ਮੈਂ ਨੰਬਰ ਦਿੰਦਾ ਉਹਨੂੰ ਰੋਕ ਜਾ ਤੂੰ ਚੰਗਾ ਤੂੰ ਇੱਥੇ ਰੁਕੇ ਚੱਲ ਮਾਰ ਲਾ ਟਰਾਈ ਤੂੰ ਦੇਖੀ ਹੁਣ ਮੰਦਿਰ ਇੱਥੇ ਆ ਕੇ ਵੀ ਨਹੀਂ ਸੁਧਰਦੀ ਸਮਾਨ ਛੱਡ ਆਈਏ ਹਾਂ ਲਿਆਓ ਫੜਾ ਦੋ ਨਹੀਂ ਨਹੀਂ ਕੋਈ ਨਾ ਮੈਂ ਆਪੇ ਲੈ ਜੂਗਾ ਹੂੰ ਕੋਈ ਨਹੀਂ ਲੱਗਦੀ ਵੀਰੇ ਪੱਤਾ ਜਾਣਾ ਇਹ ਤਾਂ ਮੇਰੀ ਕਮੰਡ ਨਾ ਚੱਲ ਕੋਈ ਨਾ ਝੰਡ ਤਾਂ ਆਉਣਾ ਜਣਾ ਸੌਖਾ ਹੋ ਜੇ ਆਈ ਦਿਲ ਪਰ ਜਾਣੀ ਬਣਾਉਣ ਫਿਰਦਾ ਤੂੰ ਵੀਰਾ ਝੰਡ ਦੇ ਸਪੋਰਟ ਯਾਰ ਸਪੋਰਟ ਤਾਂ ਦੇ ਦਾਂਗੇ ਬਾਬਾ ਨਾ ਆ ਜੇ ਕਿਤੇ ਉਹ ਝੰਡ ਕਰ ਲਾ ਕੋ ਕੋਈ ਨਹੀਂ ਮਿਲਦੇ ਆਪਾਂ ਸ਼ਾਮ ਨੂੰ ਆਹੋ ਗੈਰੀ ਹੁਣੀ ਆਏ ਹੋਏ ਆ ਲੈਣ ਇੱਥੇ ਹੁਣੇ ਕਿੱਥੇ ਪਾਰਕਿੰਗ ਚਲਾਈ ਖੜੇ ਮੈਂ ਦੇਖਦਾ ਸ਼ਰਮ ਕਰੋ ਕੁਛ
ਗੈਰੀ ਬਣ ਗਿਆ ਅਬੀ ਨੇ ਮੇਰੇ ਕਿਹਨੂੰ ਲਾਈ ਆ ਮੈਂ ਤੇਰਾ ਕੋਈ ਵੀਰਾ ਬੁਰਾ ਨਹੀਂ ਕਰਦਾ ਤੇ ਤੈਨੂੰ ਫੋਨ ਇੱਕ ਮਿੰਟ ਰੁਕ ਹਾਂਜੀ ਭੈਣੇ ਕੀ ਗੱਲ ਹੋ ਗਈ ਪਤਾ ਨਹੀਂ ਕੌਣ ਨੇ ਮੈਨੂੰ ਦੇਖ ਕੇ ਵਾਤਾ ਵਾ ਬੋਲੀ ਜਾ ਰਹੇ ਨੇ ਛੱਡ ਯਾਰ ਗੱਲ ਤਾਂ ਤੇਰੀ ਸਹੀ ਆ ਪਰ ਕਰਦਾ ਗੱਲ ਕੋਈ ਨੀ ਮੈਂ ਕਰਦਾ ਸੂਤ ਇਹਨਾਂ ਨੂੰ ਵਾਹਿਗੁਰੂ ਮੂਹਰੇ ਕਿਹਨਾਂ ਨੂੰ ਬੁੱਧੀ ਬਖਸ਼ੇ ਇਹਨਾਂ ਕੁਛ ਕਰਕੇ ਸਾਨੂੰ ਸਾਰਿਆਂ ਨੂੰ ਮੋਸ਼ੀ ਝੱਲਣੀ ਪੈਂਦੀ ਹੈ ਚੱਲ ਭੈਣੇ ਤੂੰ ਚੱਲ ਘਰ ਨੂੰ ਆਪਣਾ ਓਕੇ ਵੀਰੇ ਸਤਿ ਸ੍ਰੀ ਅਕਾਲ ਬਾਈ ਮੇਰੀ ਕੋਈ ਭੈਣ ਭੂਣ ਨੀ ਚੱਲ ਤੇਰੀ ਭੈਣ ਨੀ ਮੇਰੀ ਲਾਲਾ ਭਰਾ ਕੁਛ ਤਾਂ ਨਾ ਕਰੋ ਚੱਲ ਚੰਗਾ ਯਾਰ ਬਹਿ ਯਾਰ ਇੱਕ ਮਿੰਟ ਖੜੋ ਫੋਨ ਆ ਰਿਹਾ ਹੈਲੋ Yes, I'm still in the parking. Rok jao yaar. Oh, you need me? No worries. Yeah, I'll be there in 5 minutes. Thank you. Yaar, dobara check kar le yaar. Lagda koi aaya nahi. Tusi chalo. Theek hai bhai. Naal eh har gal samjhaiye jaa. Gal samjhaun di nahi vire. Kuch gallan mere samjhaiyan nahi. Samay sona samjhaunda hunda. Changa bhai. Chal, milde hain main daata chal. Milde. Abbe agle. ਜੱਸੇ ਬਾਈ ਮੈਂ ਬਾਬੇ ਤੋਂ ਡਰਦਾ ਨੀ ਉਹਦੀ ਇੱਜ਼ਤ ਕਰਦਾ ਕਿਉਂਕਿ ਸਿਰਫ ਉਹੀ ਬੰਦਾ ਜਿਹਨੇ ਮੇਰੇ ਨਵੇਂ ਆਏ ਦੀ ਬਾਂਹ ਫੜੀ ਜਦੋਂ ਮੇਰੇ ਆਪਣੇ ਰਿਸ਼ਤੇਦਾਰ ਮੇਰੇ ਤੋਂ ਮੂੰਹ ਮੋੜ ਗਏ ਦੱਸ ਕਿਵੇਂ ਮੁੱਲ ਤਾਰਾਂ ਯਾਰ ਉਹਦਾ ਬੰਦੇ ਦਾ ਨਾਲੇ ਲੜਾਈ ਲੜੋਈ ਆਪਣੀ ਥਾਂ ਉਸ ਬੰਦੇ ਲਈ ਮੇਰੀ ਜਿੰਦ ਜਾਣਾ ਅੱਜ ਰਿਹਾ ਗੱਲ ਤਾਂ ਤੇਰੀ ਵੈਸੇ ਗੈਰੀ ਸਹੀ ਆ ਹੋਏ ਤਾਂ ਬੜੀ ਵੈਸੇ ਆਪਣੇ ਨਾਲ ਉਹਦੇ ਦੋ ਪਟੋਲੇ ਖੜੇ ਉਹਦੇ ਹਾਂ ਗੱਲ ਤਾਂ ਠੀਕ ਆ ਉਹ ਸਾਲਿਆ ਓਏ ਓਏ ਤਾਂ ਮੇਰੇ ਕਾਲਜ ਵਾਲੀ ਲੱਗਦੀ ਆ ਬਾਬੇ ਬੜੇ ਗੇੜੇ ਮਾਰੇ ਦੇ ਪਿੱਛੇ ਦਾ ਮੈਂ ਛੇਤੀ ਛੇਤੀ ਯੂ ਟਰਨ ਲੈ ਛੇਤੀ ਲੈ ਯੂ ਟਰਨ ਓਲੇ ਓਏ ਚੰਡ ਉਰੋਂ ਹਾਂ ਹਾਂ ਲੈ ਯੂ ਟਰਨ ਲੈ ਛੇਤੀ ਕਰ ਹਾਂਜੀ ਦੱਸੋ ਆ ਪਛਾਣਿਆ ਨਹੀਂ ਹੈ ਨਹੀਂ ਮੈਂ ਤਾਂ ਨਹੀਂ ਪਛਾਣਿਆ ਹਾਂ ਯਾਰ ਆਲਿਆ ਕੋਲ ਹੋ ਜਾ ਕੋਲ ਓਏ ਇਹਨੇ ਸਵਾਹ ਕਰਨੀ ਉਹੀ ਕਰਨੀ ਜਿਹੜੀ ਸਵੇਰੇ ਤੂੰ ਕੀਤੀ ਆ ਤੈਨੂੰ ਪਤਾ ਨਹੀਂ ਮੈਂ ਤੇਰੇ ਨਾਲ ਪੜ੍ਹਨ ਦੀ ਕਲਾਸ ਤੇ ਅੱਛਾ ਮੈਂ ਤਾਂ ਤੈਨੂੰ ਕਦੇ ਦੇਖਿਆ ਨਹੀਂ ਮੇਰੀ ਕਲਾਸ ਚ ਆ ਤੈਨੂੰ ਰੋਜ਼ ਦੇਖਦਾ ਉੱਥੇ ਤੇਰੀ ਟ੍ਰੇਨਿੰਗ ਵੀ ਚੜਦਾ ਮੈਂ ਤਾਂ ਰੋਜ਼ ਅੱਛਾ ਵੀਰੇ ਮੈਨੂੰ ਤਾਂ ਕੋਈ ਚਿੱਤ ਚੇਤੇ ਨਹੀਂ ਸੀਗਾ ਕਿ ਤੂੰ ਮੇਰੀ ਟ੍ਰੇਨ ਚ ਚੜਦਾ ਸੀ ਕੀ ਆ ਬੇਇੱਜ਼ਤੀ ਕਰਾਉਣ ਤੇ ਹੋਏ ਜਾ ਕੇ ਬੜਾ ਲੱਗਦਾ
ਚੱਲ ਬਸ ਕਰ ਜੱਸੂ। ਗੱਲ ਬਸ ਕਰਨ ਦੀ ਨਹੀਂ ਹੈ ਦੀਦੀ, ਗੱਲ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਦੀ ਹੈ। ਗੱਲ ਇਹ ਹੈ ਕਿ ਕੁੜੀਆਂ ਨੂੰ ਸਮਝੋ, ਕੁੜੀਆਂ ਦੀ ਇੱਜ਼ਤ ਕਰੋ। ਅਸੀਂ ਵੀ ਕਿਸੇ ਦੀਆਂ ਧੀਆਂ ਭੈਣਾਂ ਹੈ। ਜਦੋਂ ਕਿੱਦਾਂ ਲੱਗੂਗਾ ਜਦੋਂ ਤੁਹਾਡੇ ਧੀਆਂ ਭੈਣਾਂ ਨੂੰ ਕੋਈ ਕੱਲ ਛੇੜ ਕੇ ਗਿਆ ਤੇ ਉਹਨਾਂ ਨੂੰ ਕੋਈ ਨੰਬਰ ਦੇ ਕੇ ਗਿਆ? ਕੀ ਰੌਲਾ ਹੋ ਗਿਆ ਦੱਸਿਆ? ਕੀ ਰੌਲਾ ਪਾਤਾ? ਚੰਗੀ ਤਰ੍ਹਾਂ ਦੇਖੋ ਯਾਰ, ਤੂੰ ਹੋਰ ਰੰਗ ਲਾ ਦੇ ਯਾਰ, ਹਿੜਕ ਜੀਏ। ਪਰ ਇੱਕ ਗੱਲ ਪੱਕੀ ਆ ਵੀ, ਚੱਲੇ ਦੋਵੇਂ ਭੈਣ ਦੇ ਯਾਰ ਬਣ ਕੇ ਚਲੇ ਘਰੇ। ਉਹ ਸ਼ੁਕਰ ਆ ਪਹੁੰਚ ਗਏ ਯਾਰ, ਚੱਲੀਏ ਘਰੇ। ਬੜਾ ਲੇਟ ਹੋ ਗਿਆ ਯਾਰ, ਮੈਂ ਬੜਾ ਲੇਟ ਕੀਤਾ ਯਾਰ। ਚਲੋ ਠੀਕ ਹੈ, ਕੱਲ ਨੂੰ ਟਾਈਮ ਨਾ ਮਿਲਿਓ ਜੇ, ਕੱਲ ਨੂੰ ਟਾਈਮ ਨਾ ਮਿਲਦੇ ਹੈ। ਚੱਲ ਚੰਗਾ ਮੇਰਾ ਵੀਰ, ਓਕੇ ਫਿਰ। ਓਕੇ ਚੰਗਾ ਜੀ, ਕੱਲ ਨੂੰ ਮਿਲਦੇ। ਓਕੇ ਫਿਰ। ਸਫ਼ਰ ਤਾਂ ਠੀਕ ਸੀ ਪਰ ਨਾ ਪੈਣ ਦਾ ਬਹੁਤ ਔਖਾ ਸੀ। ਨਾ ਪੈਣ ਨੇ ਤੇਰੇ ਹੁਣ ਬੈੱਡ ਲਾਣਾ ਸੀ, ਕਿੱਦਾਂ ਖਾਣਾ ਪੀਣਾ ਠੀਕ ਸੀ? ਉਹਨਾਂ ਨੇ ਨਾ ਬੜਾ ਫਿੱਕਾ ਜਿਹਾ ਲਿਆ ਕੇ ਮੇਰੇ ਮੂਹਰੇ ਰੱਖਤਾ। ਅੱਛਾ ਫਿੱਕਾ ਜਿਹਾ? ਕਿਰਨ ਕਿਰਨ ਇੱਕ ਸੈਕਿੰਡ ਵੇਟ ਕਰੀ। ਕੀ ਹੈ ਯਾਰ, ਕੀ ਯੂ ਗਾਇਸ ਵੇਟ? ਮੇਰੀ ਫਰੈਂਡ ਆਈ ਹੋਈ ਇੰਡੀਆ ਤੋਂ, ਮੈਂ ਉਹਦੇ ਨਾਲ ਗੱਲ ਕਰ ਰਹੀ ਹਾਂ। ਉਹ ਚੱਲ ਚੱਲ ਜਲਦੀ ਕਰ ਯਾਰ, ਮੈਂ ਵੇਟ ਕਰਦੀ ਪਈ ਹਾਂ ਵੀ ਤੇਰੀ। ਯਾਰ ਇਹ ਸਭ ਤੇਰੀ ਗਲਤੀ ਆ, ਮੈਂ ਤੈਨੂੰ ਕਿਹਾ ਸੀ ਨਾ ਉਹਨੂੰ ਗਰੁੱਪ ਦੇ ਵਿੱਚ ਨਾ ਲੈ, ਹੁਣ ਰਹਿ ਜਾਣੀਆਂ ਅਸਾਈਨਮੈਂਟਸ ਵਿੱਚ ਹੀ। ਯਾਰ ਮੈਨੂੰ ਕੀ ਪਤਾ ਸੀ, ਖਾਣ ਦਾ ਛੱਡ, ਤੈਨੂੰ ਮੈਂ ਪੀਣ ਦਾ ਦੱਸਦੀ ਆ ਨਾ। ਉੱਥੇ ਇੱਕ ਅੰਕਲ ਜਿਹਾ ਬੈਠਾ ਹੋਇਆ ਸੀ, ਵਾਰ ਵਾਰ ਨਾ ਸ਼ਰਾਬ ਹੀ ਮੰਗਾਈ ਜਾ ਰਿਹਾ ਸੀ। ਉਹ ਆ ਜਾ ਯਾਰ ਕਿਰਨ, ਦੋ ਮਿੰਟ ਮੁੱਕੇ ਤੇਰੇ। ਆਈ ਇੱਕ ਸੈਕਿੰਡ ਯਾਰ। ਅੱਛਾ ਜਸ ਕਿਰਨ, ਆ ਨੰਬਰ ਤੇਰਾ ਆ? ਨਹੀਂ ਨਹੀਂ ਯਾਰ, ਇਹ ਤਾਂ ਨਾ ਘਰ ਵਾਲਾ ਨੰਬਰ ਆ, ਪਤਾ ਮੇਰਾ ਨੰਬਰ ਤਾਂ ਨਾ ਸ਼ਾਮ ਨੂੰ ਵੀਰ ਆਉਂਦਾ ਹੋਇਆ ਲੈ ਕੇ ਆਊਗਾ। ਚੱਲ ਠੀਕ ਆ, ਮੈਨੂੰ ਆਪਣਾ ਨੰਬਰ ਦੇਈ ਤੂੰ, ਮੈਂ ਵੀ ਜਾ ਕੇ ਨਾ ਅਸਾਈਨਮੈਂਟ ਬਣਾ ਲਵਾਂ। ਓ ਤੇਰੀ, ਸੱਚ ਮੈਨੂੰ ਯਾਦ ਆਇਆ ਤੇਰੀ ਅਸਾਈਨਮੈਂਟ ਤੋਂ, ਮੇਰੇ ਤੋਂ ਕੱਲ ਨੂੰ ਇਨਰੋਲਮੈਂਟ ਆ। ਉਹ ਬਣੂਗੀ ਨਹੀਂ, ਤੇਰੇ ਬ੍ਰਦਰ ਨੂੰ ਪਤਾ ਸਾਰਾ ਕੁਝ, ਲੈ ਲੈਣਾ ਉਹਨੇ ਆਪੇ ਹੀ ਆ ਕੇ ਦੇਣਾ। ਪਤਾ ਸਵੇਰੇ ਕੋਈ ਨਾ ਮੈਂ ਵੀਰੇ ਨਾਲ ਗੱਲ ਕਰਦੀ ਆ, ਤੂੰ ਨਾ ਟੈਨਸ਼ਨ ਲੈ ਨਾ, ਉਹ ਮੈਨੂੰ ਆਪੇ ਲੈ ਜਾਊਗਾ ਇਨਰੋਲਮੈਂਟ ਲਈ। ਚੱਲ ਠੀਕ ਆ, ਆਈ ਐਮ ਗੈਟਿੰਗ ਲੇਟ, ਓਕੇ, ਸੀ ਯੂ, ਬਾਏ। ਚੱਲ ਠੀਕ ਆ, ਮੈਂ ਰੱਖਦੀ ਆ, ਮੈਨੂੰ ਲੱਗਦਾ ਨਾ ਵੀਰਾ ਆਇਆ। ਥੈਂਕ ਗੋਡ, ਸੌਰੀ ਗਾਇਸ, ਆਮ ਬਿਟ ਲੇਟ। ਇਟਸ ਓਕੇ, ਇਟਸ ਓਕੇ। ਸਤਿ ਸ਼੍ਰੀ ਅਕਾਲ ਵੀਰੇ। ਭੁੱਖ ਵਾਲੀ ਕੋਈ ਗੱਲ ਨੀ ਚੱਲ ਪਾਣੀ ਲੈ। ਨਹੀਂ ਕਿਉਂ, ਕੀ ਹੋਇਆ? ਹੋਇਆ ਤਾਂ ਕੁਛ ਨਹੀਂ ਵੀਰੇ, ਕੱਲ ਮੇਰੀ ਕਾਲਜ 'ਚ ਇਨਰੋਲਮੈਂਟ ਆ। ਅੱਛਾ, ਨਹੀਂ ਪੁੱਤ, ਕੱਲ ਨੂੰ ਤਾਂ ਮੇਰਾ ਕੰਮ ਆ। ਚੱਲ ਕੋਈ ਨਾ ਵੀਰੇ, ਫਿਰ ਮੈਂ ਆਇਆ ਕਰੂੰ, ਮੈਂ ਬੱਸ 'ਤੇ ਚਲੀ ਜਾਊਂ। ਬੱਸ? ਹਾਂ ਵੀਰੇ, ਸਾਫ਼ ਸੁਥਰੇ ਲੋਕ ਆ ਇੱਥੇ, ਸਾਫ਼ ਸੁਥਰਾ ਮੁਲਕ, ਇੱਥੇ ਕਿਹੜਾ ਕੋਈ ਡਰ ਆ ਕਿਸੇ ਦਾ। ਤੂੰ ਬਸ ਤੇ ਬਿਲਕੁਲ ਨਹੀਂ ਜਾ। ਚੱਲ ਠੀਕ ਆ ਵੀਰੇ,
ਚੰਡ ਕਹਿੰਦਾ ਨਾ ਟੈਕਸੀ ਚਲਾਈਏ ਆਪਾਂ ਚਲੋ ਤੈਨੂੰ ਮੈਂ ਕਰਦਾ ਜੋਬ ਚੱਕ ਲਾਂ ਲੱਗਦਾ ਦੇਸਣ ਵਾ ਓਏ ਬਾਲੀ ਕੈਮ ਆ ਯਾਰ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਥੇ ਲੈ ਚਲੀਏ ਕਿਹੜਾ ਕਾਲਜ ਨਵੀਆਂ ਹੀ ਲੱਗਦੀਆਂ ਹਾਂਜੀ ਥੋੜਾ ਟਾਈਮ ਹੋਇਆ ਹੋਰ ਫੀਸਾਂ ਫੂਸਾਂ ਦਾ ਕਿੱਦਾਂ ਚੱਲਦਾ ਹਾਂਜੀ ਵੀਰੇ ਫੀਸਾਂ ਵੀ ਨਿਕਲੀ ਜਾਂਦੀਆਂ ਥੋੜੀਆਂ ਜੀ ਆਪ ਇਕੱਠੀਆਂ ਕਰ ਲਈਦੀਆਂ ਥੋੜੀਆਂ ਜੀ ਅੱਗੇ ਮੰਗਵਾ ਲਈਦੀਆਂ ਵੀਰਾ ਚੱਲ ਕੋਈ ਨਹੀਂ ਕਹਿ ਲਾ ਮੇਰਾ ਵੀ ਗੋਤੇ ਹੀ ਆ ਵੀਰਾ ਆਹ ਚੱਕ ਨੰਬਰ ਫੋਨ ਕਰ ਲਈ ਫੀਸਾਂ ਫੂਸਾਂ ਦਾ ਤਾਂ ਮੈਂ ਆਪੇ ਦੇਖ ਲਊ ਕੀ ਮਤਲਬ ਹੈ ਵੀਰੇ ਤੇਰਾ ਉਹ ਫੋਨ ਤਾਂ ਕਰ ਲਈ ਸਮਝਾ ਦੇਵਾਂਗੇ ਮਤਲਬ ਵੀ ਅੱਛਾ ਭੁੱਖ ਨੀ ਨਾਲੇ ਤੇਰੇ ਲਈ ਮੈਂ ਪੀਜ਼ੇ ਆਰਡਰ ਕਰਤੇ ਸਵੇਰੇ ਟਾਈਮ ਨਾ ਉੱਠ ਮੈਂ ਛੱਡ ਆਊਂਗਾ ਨਾਲੇ ਆਹ ਕੀ ਕੀਤਾ ਤੂੰ ਆਹ ਚੁੰਨੀ ਥੋੜਾ ਸਕਾਫ ਆ ਇਹਨੂੰ ਐ ਪਾ ਕੇ ਗਲ ਚ ਵਾਲ ਇਹਦੇ ਉੱਤੋਂ ਦੀ ਫੇਰ ਲੱਗਦਾ ਸੋਹਣਾ ਜਸਿਆ ਉਹ ਗੈਰੀ ਦੇਖਿਆ ਬੜਾ ਬੰਪੁਰ ਜਾ ਵਸਾਈ ਫਿਰਦਾ ਓਏ ਉਹ ਚੁੰਨੀ ਸੈੱਟ ਕਰੀ ਜਾਂਦਾ ਇਹਦੇ ਗਲੈਂਡ ਨੂੰ ਕੋਲ ਬੜੇ ਖੜੇ ਕੀ ਗੱਲ ਆ ਤੂੰ ਸੋਨੂੰ ਵੀ ਫਿਰਦਾ ਤੈਨੂੰ ਕੀ ਹੋ ਗਿਆ ਗੱਲ ਸੁਣ ਛੱਡਤਾ ਸੀ ਕੱਲ ਕੀ ਹੋਇਆ ਗੈਰੀ ਸੀਰੀਅਸ ਗੱਲ ਲੱਗਦੀ ਆ ਫੋਨ ਕਰੋ ਯਾਰ ਫੋਨ ਛੱਡੋ
ਗੱਡੀ ਕੱਢੋ ਆ ਜਾਓ ਠੀਕ ਹੈ ਜੀ ਹਾਂਜੀ ਹਾਂਜੀ ਆ ਗਏ ਐ ਕਰ ਲੈਣੇ ਹਾਂਜੀ ਹਾਂਜੀ ਚਲੋ ਚਲੋ ਚੱਲ ਕੋਈ ਨਾ ਝੰਡਦਾ ਹੋਣਾ ਜਿਹੜਾ ਸੌਖਾ ਜੀ ਗਰੀ ਬਣ ਗਿਆ ਆ ਵੀਰੇ ਵੀਰੇ ਕਿਹਨੂੰ ਲਾਈ ਆ ਮੈਂ ਤੇਰਾ ਕੋਈ ਵੀਰਾ ਬੁਰਾ ਨੀ ਸਮਝਾਉਣ ਦੀ ਨੀ ਵੀਰੇ ਗੱਲਾਂ ਮੇਰੇ ਸਮਝਾਈਆਂ ਨੀ ਸਮਾਂ ਹੀ ਸੋਹਣਾ ਸਮਝਾਉਂਦਾ ਹੁੰਦਾ ਕਿਉਂ ਕਰਦੇ ਨਿੱਤ ਜਲੀਲ ਵੇ ਲੋਕੋ ਜਦੋਂ ਫਿਰ ਆਪਣੇ ਨਾਲ ਬੀਤੇ ਹੁੰਦੀ ਸ਼ਰਮਿੰਦਗੀ ਫੀਲ ਵੇ ਲੋਕੋ ਮੇਰੇ ਵੀਰੋ ਮੇਰੇ ਦੇਸ਼ ਦੇ ਜਾਇਓ ਨਜ਼ਰਾਂ ਪਾਕ ਪਵਿੱਤਰ ਰੱਖਿਓ ਗੰਦਲੀ ਸੋਚ ਨਾਲ ਗੰਦੀ ਨਾ ਕਰਿਓ ਇਹ ਨੈਣਾ ਦੀ ਝੀਲ ਵੇ ਲੋਕੋ ਨੈਤਿਕਤਾ ਦੀ ਨਿਵਾਣ ਦਾ ਜੋ ਝਲਕਾਰਾ ਤੁਸੀਂ ਵੇਖਿਆ ਇਹ ਕਹਾਣੀ ਇੱਕ ਗੈਰੀ ਦੀ ਨਹੀਂ ਅਜਿਹੇ ਅਨੇਕਾਂ ਗੈਰੀ ਜੱਸੇ ਸਾਡੇ ਵਿਰਸੇ ਦਾ ਪਹਿਲਾਂ ਜ਼ਖਮ ਬਣਦੇ ਨੇ ਅਤੇ ਫਿਰ ਨਾਸੂਰ ਬਣਨ ਦੇ ਰਾਹ ਤੁਰ ਪੈਂਦੇ ਨੇ ਪਰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਦੂਸਰੇ ਦੇ ਘਰ ਲੱਗੀ ਅੱਗ ਦੀਵਾਲੀ ਦਿਸਦੀ ਹੈ ਜਦ ਆਪਣੇ ਲੱਗਦੀ ਹੈ ਤਾਂ ਸਭ ਕੁਝ ਸਾੜ ਕੇ ਸਵਾਹ ਕਰ ਦਿੰਦੀ ਹੈ।